ਜੌਨ ਡੀਅਰ 5310 57 HP ਦਾ ਟਰੈਕਟਰ ਹੈ ਔਰ CRDI ਟੈਕਨੋਲੋਜੀ ਦੇ ਨਾਲ ਦੇਖ ਸਕਦੇ ਹੋ ਤੁਸੀਂ। ਅਗਰ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਆਪਣਾ ਵਲੋਗ ਹੈ ਵੀਰੋ ਇਸੇ ਟੋਪਿਕ ਦੇ ਉੱਤੇ ਹੈ ਵੀ CRDI ਟੈਕਨੋਲੋਜੀ 'ਚ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਜਿਹਦੇ ਨਾਲ ਕਿ ਆਪਾਂ ਟਰੈਕਟਰ ਤੋਂ ਬੈਸਟ ਪਰਫੋਰਮੈਂਸ ਲੈ ਸਕੀਏ, ਵਧੀਆ ਐਵਰੇਜ ਲੈ ਸਕੀਏ ਔਰ ਕੋਈ ਟੁੱਟ ਭੱਜ ਤੋਂ ਬਿਨਾਂ। ਔਰ ਜਿਹੜੀ CRDI ਟੈਕਨੋਲੋਜੀ ਹੈ ਇਹ ਕਿੰਨਾ ਵੀਰਾਂ ਵਾਸਤੇ ਹੈ ਔਰ ਕਿੰਨਾ ਵੀਰਾਂ ਵਾਸਤੇ ਨਹੀਂ ਹੈ, ਔਰ ਜਿਹੜੇ ਵੀਰ ਵਾਸਤੇ ਨਹੀਂ ਹੈ ਉਹ DI ਟਰੈਕਟਰ ਚਲਾ ਸਕਦੇ ਆ 5210 50 HP ਦਾ ਇੱਧਰ ਖੜ੍ਹਾ, ਇਹਦੇ ਬਾਰੇ ਵੀ ਪੂਰੀ ਗੱਲ ਕਰ ਲਾਂਗੇ ਵਲੋਗ ਦੇ ਵਿੱਚ। ਤਾਂ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ ਜੌਨ ਡੀਅਰ 5310 57 HP ਦਾ ਟਰੈਕਟਰ ਹੈ ਔਰ CRDI ਮਾਡਲ। ਤਾਂ ਸਭ ਤੋਂ ਪਹਿਲਾਂ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਵੀ CRDI ਟੈਕਨੋਲੋਜੀ ਤੋਂ ਅਗਰ ਵਧੀਆ ਪਰਫੋਰਮੈਂਸ ਲੈਣੀ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ 4 ਤੋਂ 5 ਗੱਲਾਂ ਆਪਣੇ ਦਿਮਾਗ 'ਚ ਰੱਖਣੀਆਂ ਪੈਣਗੀਆਂ। ਉਹ ਗੱਲਾਂ ਕੀ ਨੇ? ਪਹਿਲੀ ਜਿਹੜੀ ਗੱਲ ਹੈ ਜਦੋਂ ਆਪਾਂ ਸਵੇਰੇ ਟਰੈਕਟਰ ਸਟਾਰਟ ਕਰਦੇ ਹਾਂ ਤਾਂ ਟਰੈਕਟਰ ਨੂੰ ਆਪਾਂ ਨੂੰ ਨੋਰਮਲ ਰੇਸ 'ਤੇ ਹੀ ਰੱਖਣਾ ਪਊਗਾ 10 ਮਿੰਟਾਂ ਤੱਕ, ਕਿਉਂਕਿ CRDI ਦੇ ਵਿੱਚ ਕੀ ਹੈ ਅਗਰ ਤੁਸੀਂ ਬੈਠਦੇ ਹੀ ਰੇਸ 'ਤੇ ਮੁੱਕੀ ਮਾਰ ਦੋਗੇ ਤਾਂ ਜਿਹੜਾ CRDI ਇੰਜਨ ਹੈ ਉਹ ਜਿਹੜੀ ਕਰੈਂਕ ਸ਼ਾਫਟ ਹੈ ਉਹਨੂੰ ਤੋੜ ਵੀ ਸਕਦਾ, ਉਹਨੂੰ ਉਵੇਂ ਦੀ ਨਾਲ ਹੀ ਬਾਹਰ ਕੱਢ ਸਕਦਾ। ਕਈ ਜਗ੍ਹਾ ਇਹ ਕੇਸ ਹੋਏ ਆ, ਕਈ ਜਗ੍ਹਾ ਅਣਜਾਣੇ 'ਚ ਬੱਚਿਆਂ ਤੋਂ ਜਿਵੇਂ ਬੱਚੇ ਬਹਿ ਜਾਂਦੇ ਆ ਟਰੈਕਟਰ ਸਟਾਰਟ ਕਰ ਦਿੰਦੇ ਆ, ਉਹਨਾਂ ਨੇ ਰੇਸ ਜ਼ਿਆਦਾ ਕਰਤੀ, ਉਹਨੇ ਸਿੱਧੀ ਕਰੈਂਕ ਸ਼ਾਫਟ ਹੀ ਤੋੜਤੀ। ਤਾਂ ਇਹ ਗੱਲਾਂ ਨੂੰ ਥੋੜ੍ਹਾ ਜਿਹਾ ਲਾਈਟਲੀ ਨਾ ਲਿਆ ਕਰੋ, ਇਹ ਗੱਲਾਂ ਨੂੰ ਸੀਰੀਅਸ ਲਿਆ ਕਰੋ। ਇਹਦੀ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਇਹਨੂੰ ਇਹਦੀ ਨੋਰਮਲ ਰੇਸ 'ਤੇ 10 ਮਿੰਟਾਂ ਤੱਕ ਆਪਾਂ ਸਟਾਰਟ ਰੱਖਣਾ। ਉਸ ਤੋਂ ਬਾਅਦ ਜਦੋਂ ਤੇਲ ਗਰਮ ਹੋ ਗਿਆ ਸਾਰੇ ਪਾਰਟਾਂ 'ਚ ਪਹੁੰਚ ਗਿਆ ਉਸ ਤੋਂ ਬਾਅਦ ਆਪਾਂ ਇਹ ਤੋਂ ਕੰਮ ਲੈਣਾ। ਦੂਜੀ ਗੱਲ, ਹੁਣ ਜਿਵੇਂ ਆਹ DI ਟਰੈਕਟਰ ਖੜ੍ਹਾ ਇਸ ਸਾਈਡ 'ਤੇ ਦੇਖ ਸਕਦੇ ਹੋ ਤੁਸੀਂ, ਤਾਂ ਇਹਨਾਂ ਟਰੈਕਟਰਾਂ ਦੇ ਵਿੱਚ ਕੀ ਹੁੰਦਾ ਸੀ ਵੀ ਅਗਰ ਬੈਟਰੀ ਲੋ ਹੋ ਗਈ ਕਮਜ਼ੋਰ ਹੋ ਗਈ ਤਾਂ ਆਪਾਂ ਇਹਨਾਂ ਨੂੰ ਕਿਸੇ ਟਰੈਕਟਰ ਦੇ ਪਿੱਛੇ ਪਾ ਕੇ ਜੀਪ ਦੇ ਪਿੱਛੇ ਪਾ ਕੇ ਇਹਨੂੰ ਆਪਾਂ ਸਟਾਰਟ ਕਰ ਲੈਂਦੇ ਸੀ, ਪਰ ਉਹਦੇ ਨਾਲ ਇਹੋ ਜਿਹਾ ਬਿਲਕੁਲ ਨਹੀਂ ਹੈ। ਉਹਦੇ ਵਿੱਚ ਅਗਰ ਬੈਟਰੀ ਕਮਜ਼ੋਰ ਹੋ ਗਈ, ਠੀਕ ਹੈ, ਜਾਂ ਬੈਟਰੀ ਲੋ ਹੋ ਗਈ ਥੋੜ੍ਹੀ ਜਿਹੀ ਵੀ, ਤਾਂ ਆਪਾਂ ਨੂੰ ਨਾਲ ਦੀ ਨਾਲ ਚੇਂਜ ਕਰਾਉਣੀ ਪਊਗੀ ਬੈਟਰੀ, ਕਿਉਂਕਿ ਦੇਖ ਸਕਦੇ ਹੋ ਇਹਦੇ ਵਿੱਚ ECM ਹੈ ਅਤੇ ਪੂਰਾ ਦਾ ਪੂਰਾ ਆਪਦਾ ਦਿਮਾਗ ਹੈ ਟਰੈਕਟਰ ਦਾ, ਜਿਹਦੇ 'ਤੇ ਕਿ ਟਰੈਕਟਰ ਦਾ ਹਰ ਇੱਕ ਪਾਰਟ ਵਰਕ ਕਰੂਗਾ। ਔਰ ਜੇ ਬੈਟਰੀ ਲੋ ਹੋਊਗੀ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਸੀਂ ਇਹਨੂੰ ਧੱਕਾ ਮਾਰ ਕੇ ਸਟਾਰਟ ਨਹੀਂ ਕਰ ਸਕਦੇ, ਕਿਉਂਕਿ ECM ਆ ਗਿਆ ਇਹਦੇ ਵਿੱਚ। ਤੀਜੀ ਗੱਲ ਹੈ ਜਿਹੜੀ ਮਿੱਥ ਵੀ ਬਣੀ ਹੋਈ ਹੈ ਸਭ ਤੋਂ ਵੱਡਾ, ਔਰ ਇਹ ਗੱਲ ਵੀ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ, ਜਿਹੜੇ CRDI ਟਰੈਕਟਰ ਹੈ ਇਹਦੇ ਵਿੱਚ ਕੀ ਹੈ, ਕਈ ਵੀਰ ਮਤਲਬ ਕਿ ਅਫਵਾਹ ਬਣਾ ਰੱਖੀ ਹੈ ਵੀ ਜਿਹੜੇ CRDI ਟਰੈਕਟਰ ਹੈ ਉਹਦੇ ਉੱਤੇ ਨਾ ਤਾਂ ਆਪਾਂ ਵੂਫਰ ਲਾ ਸਕਦੇ ਹਾਂ, ਨਾ ਆਪਾਂ ਲਾਈਟਾਂ ਲਾ ਸਕਦੇ ਹਾਂ, ਅਤੇ ਨਾ ਹੀ ਆਪਾਂ ਹੋਰਨ ਵੱਡੇ ਲਾ ਸਕਦੇ ਹਾਂ, ਮਤਲਬ ਉਹਦੀ ਵਾਇਰਿੰਗ ਨਾਲ ਆਪਾਂ ਕੋਈ ਛੇੜਛਾੜ ਨਹੀਂ ਕਰ ਸਕਦੇ। ਇਹ ਗੱਲ ਠੀਕ ਹੈ ਪਰ ਕਿਸੇ ਹੱਦ ਤੱਕ, ਕਿਉਂਕਿ ਅਗਰ ਜੇ ਆਪਾਂ ਇਹਨੂੰ ਮੰਨ ਕੇ ਚੱਲੋ ਹੁਣ ਜਿਹੜੀਆਂ ਵੀ ਗੱਡੀਆਂ ਆਪਾਂ ਚਲਾਉਣੇ ਆ, ਫੋਰਚੂਨਰ ਹੋ ਗਈ, ਥਾਰ ਹੋ ਗਈ, ਇਹ ਸਾਰੀਆਂ CRDI ਗੱਡੀਆਂ ਨੇ, ਠੀਕ ਹੈ,
ਇਹਦੇ ਵਿੱਚ ਕੀ ਹੈ, ਆਪਾਂ ਸਾਰੀਆਂ ਚੀਜ਼ਾਂ ਲਵਾਉਣੇ ਆ, ਲਾਈਟਾਂ ਵੀ ਲਵਾਉਣੇ ਆ, ਵੂਫਰ ਵੀ ਲਵਾਉਣੇ ਆ। ਤਾਂ ਇਹਦੇ ਵਿੱਚ ਜਿਹੜੀ ਆਪਾਂ ਬੈਟਰੀ ਨਾਲ ਕਨੈਕਸ਼ਨ ਕਰਨਾ, ਉਹ ਸਿੱਧਾ ਬੈਟਰੀ ਨਾਲ ਹੀ ਹੋਣਾ ਚਾਹੀਦਾ, ਟਰਮੀਨਲ ਨਾਲ। ਇਹ ਨਾ ਹੋਵੇ ਵੀ ਤੁਸੀਂ ਇੱਥੋਂ ਟਰੈਕਟਰ ਦੀ ਵਾਇਰਿੰਗ ਛੇੜ ਲਓ, ਠੀਕ ਹੈ, ਇੱਥੋਂ ECM ਤੋਂ ਵਾਇਰਿੰਗ ਖੋਲ੍ਹ ਕੇ ਬਹਿ ਜਾਓ, ਜਾਂ ਵਿੱਚੋਂ ਵਾਇਰਿੰਗ ਇਹਦੀ ਖੋਲ੍ਹ ਕੇ ਬਹਿ ਜਾਓ, ਤਾਂ ਤੁਹਾਨੂੰ ਪ੍ਰੋਬਲਮ ਹੋ ਜੂਗੀ, ਠੀਕ ਹੈ। ਡਾਇਰੈਕਟ ਜਿਹੜਾ ਬੈਟਰੀ ਦਾ ਟਰਮੀਨਲ ਹੁੰਦਾ, ਉਹਦੇ ਨਾਲ ਤੁਸੀਂ ਡਾਇਰੈਕਟ ਵਾਇਰਿੰਗ ਕਰਨੀ ਹੈ ਇੱਥੋਂ, ਠੀਕ ਹੈ। ਔਰ ਤੁਸੀਂ ਕੁਛ ਵੀ ਚੀਜ਼ ਇਹਦੇ 'ਤੇ ਲਾ ਸਕਦੇ ਹੋ, ਜਿਵੇਂ ਐਂਪ ਹੋ ਗਿਆ, ਵੂਫਰ ਹੋ ਗਏ, ਲਾਈਟਾਂ ਹੋ ਗਏ, ਇਹ ਆਪਾਂ ਲਾ ਸਕਦੇ ਹਾਂ। ਔਰ ਇੱਕ ਮੈਨੂੰ ਪੁਆਇੰਟ ਹੁਣ ਦਿਮਾਗ 'ਚ ਆਇਆ ਹੁਣੇ ਹੁਣੇ, ਜਿਵੇਂ ਆਹ ਦੇਖ ਸਕਦੇ ਹੋ ਤੁਸੀਂ, ਡੂਅਲ ਟਾਈਪ ਦਾ, ਡਰਾਈ ਟਾਈਪ ਦਾ, ਇਹਦੇ ਵਿੱਚ ਚੋਕਿੰਗ ਸੈਂਸਰ ਮਿਲ ਜਾਂਦਾ, ਏਅਰ ਫਿਲਟਰ। ਤਾਂ ਇਹਦੇ ਵਿੱਚ ਕੀ ਹੈ, ਜਦੋਂ ਇਹ ਚੋਕ ਹੋਊਗਾ, ਜਿਹਦੇ ਵਿੱਚ ਗੰਦ ਫਸ ਗਿਆ, ਇਹਨੇ ਆਪਾਂ ਨੂੰ ਇੰਡੀਕੇਸ਼ਨ ਦੇ ਦੇਣੀ ਹੈ, ਇੱਥੇ ਵੀ ਇੰਡੀਕੇਸ਼ਨ ਦੇ ਦੂਗਾ ਇਹ, ਅਤੇ ਅੱਗੇ ਮੀਟਰ 'ਚ ਵੀ ਇੰਡੀਕੇਸ਼ਨ ਦੇ ਦੂਗਾ ਇਹ, ਠੀਕ ਹੈ। ਅਤੇ DI ਟਰੈਕਟਰ 'ਚ ਕੀ ਹੁੰਦਾ ਸੀ, ਕਈ ਵਾਰੀ DI ਟਰੈਕਟਰ 'ਚ ਆਪਾਂ ਇਹਨੂੰ ਸਾਫ਼ ਨਹੀਂ ਸੀ ਕਰਦੇ, ਦੇਖ ਸਕਦੇ ਹੋ ਇਹਦੇ 'ਚ ਵੀ ਲੱਗਿਆ ਹੋਇਆ, ਇਹ ਆਹ ਚੋਕਿੰਗ ਸੈਂਸਰ ਲੱਗਿਆ ਹੋਇਆ, ਇਹਦੇ 'ਚ ਆਪਾਂ ਇਹਨੂੰ ਸਾਫ਼ ਨਹੀਂ ਸੀ ਕਰਦੇ। ਇਹਦਾ ਮਤਲਬ ਕਿ ਇਹ ਥੋੜ੍ਹੀ ਝੱਲ ਜਾਂਦਾ ਸੀ ਟਰੈਕਟਰ, ਪਰ ਆਹ ਜਿਹੜਾ ਟਰੈਕਟਰ ਹੈ CRDI, ਇਹਨੂੰ ਹਵਾ ਵੀ ਤਾਜ਼ੀ ਚਾਹੀਦੀ ਹੈ, ਠੀਕ ਹੈ। ਔਰ ਦੂਜਾ ਨੰਬਰ, ਇਹਨੂੰ ਤੇਲ ਵੀ ਵਧੀਆ ਚਾਹੀਦਾ। ਕਈ ਵਾਰੀ DI ਟਰੈਕਟਰਾਂ ਦੇ ਵਿੱਚ ਕੀ ਹੁੰਦਾ ਸੀ, ਆਪਾਂ ਢੋਲ 'ਚ ਜਿਵੇਂ ਆਪਣੀ ਆਦਤ ਬਣੀ ਹੋਈ ਹੈ, ਢੋਲ ਭਰਾ ਲੈਂਦੇ ਹਾਂ, ਅਤੇ ਢੋਲ 'ਚ ਮਤਲਬ ਢੋਲ 'ਚੋਂ ਹੀ ਤੇਲ ਪਾ ਲੈਂਦੇ ਹਾਂ ਆਪਾਂ, ਅਤੇ ਢੋਲ 'ਚ ਕੀ ਹੈ ਵੀਰੋ, ਢੋਲ 'ਚ ਨਾ ਇੰਪਿਓਰਟੀਜ਼ ਆ ਜਾਂਦੀਆਂ, ਕਣ ਮਿੱਟੀ ਦੇ ਕਣ ਆ ਜਾਂਦੇ ਆ, ਜਾਂ ਕੋਈ ਹੋਰ ਕਣ ਆ ਜਾਂਦੇ ਆ, ਉਹ ਇਹ ਟਰੈਕਟਰ ਦਾ ਜਿਹੜਾ ਇੰਜਨ ਦਾ ਡਿਜ਼ਾਈਨ ਹੈ, ਇਹ ਝੱਲ ਜਾਂਦਾ ਸੀ, ਇਹ ਉਹਨੂੰ ਖਪਾ ਜਾਂਦਾ ਸੀ, ਕਿਉਂਕਿ ਇਹ ਮਤਲਬ ਕਿ ਹੋਰ ਹਿਸਾਬ ਦਾ ਇੰਜਨ ਹੈ, DI ਟਰੈਕਟਰ ਹੈ, ਇਹ ਥੋੜ੍ਹੀ ਜਿਹੀ ਇੰਪਿਓਰਟੀ ਵੀ ਝੱਲ ਜੂਗਾ। ਪਰ ਜਿਹੜਾ CRDI ਟਰੈਕਟਰ ਹੈ, CRDI ਟਰੈਕਟਰ ਦੇ ਵਿੱਚ ਇੱਕ ਤਾਂ ਸੈਂਸਰ ਇੰਨੇ ਜ਼ਿਆਦਾ ਹੋ ਗਏ, ਠੀਕ ਹੈ, ਸੈਂਸਰ ਇੰਨੇ ਜ਼ਿਆਦਾ ਹੋ ਗਏ, ਦੂਜੀ ਹਰ ਇੱਕ ਚੀਜ਼ ਨੂੰ ਇਹ ਸੈਂਸ ਕਰਦਾ, ਹਰ ਇੱਕ ਚੀਜ਼ ਜਿਹੜੀ ਵੀ ਪ੍ਰੋਬਲਮ ਤੁਹਾਨੂੰ ਆਊਗੀ, ਉਹਦੀ ਤੁਹਾਨੂੰ ਮੀਟਰ 'ਚ ਇੰਡੀਕੇਸ਼ਨ ਦੇਊਗਾ, ਠੀਕ ਹੈ। ਤਾਂ ਹੀ ਕਰਕੇ ਇਹ ਨਾ ਤਾਂ ਤੇਲ 'ਚ ਜਿਹੜੀ ਕੋਈ ਮਿੱਟੀ ਹੈ, ਕੋਈ ਘੱਟਾ, ਉਹਨੂੰ ਬਰਦਾਸ਼ਤ ਕਰਦਾ, ਠੀਕ ਹੈ, ਨਾ ਹੀ ਕੋਈ ਜਿਹੜੀ ਆਪਣੀ ਹਵਾ ਲੈਣੀ ਹੈ, ਹਵਾ ਦੇ ਵਿੱਚ ਜਿਹੜੀ ਮਿੱਟੀ ਹੈ, ਉਹ ਇੱਕ ਵਾਰੀ ਤੁਹਾਨੂੰ ਇੰਡੀਕੇਸ਼ਨ ਦੇਊਗਾ ਮੀਟਰ 'ਚ, ਅਗਰ ਨਹੀਂ ਸਾਫ਼ ਕੀਤੀ ਤਾਂ ਉਹ ਸਿੱਧਾ ਤੁਹਾਡਾ ਵੱਡਾ ਸੈਂਸਰ ਨੁਕਸਾਨ ਕਰੂਗਾ, ਸੈਂਸਰ ਬਿਠਾ ਦੂਗਾ ਇਹ, ਠੀਕ ਹੈ। ਇਹ ਹੋ ਗਈ ਗੱਲ ਇਹਦੀ ਵੀ, ਇਹਨੂੰ ਤੇਲ ਵੀ ਪਿਓਰ ਚਾਹੀਦਾ, ਹਵਾ ਵੀ ਪਿਓਰ ਚਾਹੀਦੀ ਹੈ, ਔਰ ਆਈਡੀਅਲ RPM 'ਤੇ ਜਿਹੜਾ ਹੈਗਾ, ਇਹਨੇ ਸਟਾਰਟ ਹੋਣਾ ਸਵੇਰੇ, ਉਹਨੂੰ ਨੋਰਮਲ ਚੱਕਰਾਂ 'ਤੇ ਸਟਾਰਟ ਕਰਿਆ ਕਰੋ। ਔਰ ਦੂਜੀ ਸਭ ਤੋਂ ਵੱਡੀ ਗੱਲ ਹੈ, CRDI 5310 ਦੇ ਵਿੱਚ ਕਾਫੀ ਵੀਰ ਕੰਪਲੇਂਟ ਕਰ ਰਹੇ ਆ ਵੀ ਇਹਦੇ ਵਿੱਚ ਨਾ ਯਾਰ ਲੈਕਿੰਗ ਦੀ ਸਮੱਸਿਆ। ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਕਲੀਅਰ ਕੀਤੀ ਹੈ ਇਹ ਗੱਲ ਵੀ ਵੀਰੋ, ਇਹ ਲੈਕਿੰਗ ਦੀ ਸਮੱਸਿਆ ਨਹੀਂ ਹੈ, ਇਹ ਇੰਜਨ ਦਾ ਡਿਜ਼ਾਈਨ ਇਹੋ ਜਿਹਾ, ਜਿਹੜੇ ਟਰੈਕਟਰ 'ਚ ECM ਲੱਗ ਗਿਆ, ਖੁਦ ਦਾ ਦਿਮਾਗ ਲੱਗ ਗਿਆ, ਉਹਦੇ ਵਿੱਚ ਰੇਸ ਤੋਂ ਜਦੋਂ ਆਪਾਂ ਕਮਾਂਡ ਦਿੰਦੇ ਹਾਂ, ਰੇਸ ਨਾਲ ਇੱਕ ECM ਕਨੈਕਟ ਹੈ, ਉਦੋਂ ਅੱਗੇ ਇੰਜਨ ਕਨੈਕਟ ਹੈ, ਉਹਦੇ ਵਿੱਚ ਅੱਧਾ ਮਿੰਟ ਜਾਂ ਕੁਛ ਸਕਿੰਟ ਲੱਗ ਜਾਂਦੇ ਆ ਰਿਐਕਸ਼ਨ ਹੋ ਕੇ, ਅਤੇ ਉਹਦੇ ਵਿੱਚ ਜਿਹੜਾ ਹੈਗਾ ਮਤਲਬ ਕਿ
ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿ ਉਹ ਲੈਕਿੰਗ ਦੀ ਸਮੱਸਿਆ। ਜਿਵੇਂ ਮੈਂ ਤੁਹਾਨੂੰ ਸਟਾਰਟ ਵੀ ਕਰਕੇ ਦਿਖਾ ਦਿੰਦਾ ਟਰੈਕਟਰ, ਤਾਂ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਲੈਕਿੰਗ ਦੀ ਸਮੱਸਿਆ ਨਹੀਂ, ਇੰਜਨ ਦਾ ਡਿਜ਼ਾਈਨ ਕਹਿ ਲਓ ਵੀ ਇਹੋ ਜਿਹਾ ਹੈਗਾ। ਥੋੜ੍ਹੀ ਜਿਹੀ ਲੰਬੀ ਲੈਂਦਾ ਰੇਸ, ਤਾਂ ਲੰਬੀ ਲੈਣ ਦਾ ਰੇਸ ਇਹੀ ਕਾਰਨ ਹੈ ਕਿ ਇਹਨੇ ਪਹਿਲਾਂ ਸਿਗਨਲ ECM ਕੋਲ ਭੇਜਣੇ ਹੁੰਦੇ ਆ ਔਰ ਉਹੀ ਰਿਐਕਟ ਹੋ ਕੇ, ਅਤੇ ਫਿਰ ਮਤਲਬ ਕਿ ਇਹਦਾ ਇੰਜਨ ਦਾ ਡਿਜ਼ਾਈਨ ਇਹੋ ਜਿਹਾ ਜਿਹਦੇ 'ਚ ਕਿ ਪ੍ਰੋਸੈਸਿੰਗ 'ਚ ਟਾਈਮ ਲੱਗਦਾ, ਤਾਂ ਇਹਨੂੰ ਆਪਾਂ ਲੈਕਿੰਗ ਵੀ ਥੋੜ੍ਹਾ ਬਹੁਤ ਕਹਿ ਸਕਦੇ ਹਾਂ। ਪਰ ਇਹਦਾ ਇੰਜਨ ਦਾ ਡਿਜ਼ਾਈਨ ਹੈ ਜਿਹੜਾ ਮੇਨ, ਉਹ ਇਸ ਟਾਈਪ ਦਾ। ਦੂਜੀ ਅਗਰ ਜੇ ਗੱਲ ਮੈਂ ਕਰ ਲਾਂ ਤਾਂ ਕਿੰਨਾ ਵੀਰਾਂ ਨੂੰ ਇਹ ਲੈਣਾ ਚਾਹੀਦਾ, ਦੇਖੋ ਲੈ ਇਹਨੂੰ ਕੋਈ ਵੀ ਸਕਦਾ, ਠੀਕ ਹੈ, ਕੋਈ ਬਜ਼ੁਰਗ, ਕੋਈ ਵੱਡਾ ਇਹਨੂੰ ਲੈ ਸਕਦਾ, ਕੋਈ ਛੋਟਾ ਇਹਨੂੰ ਲੈ ਸਕਦਾ, ਪਰ ਜਿਹਨੂੰ DI ਟਰੈਕਟਰ ਦੀਆਂ ਗੰਦੀਆਂ ਆਦਤਾਂ ਨਾ ਪਈਆਂ ਹੋਣ, ਗੰਦੀਆਂ ਆਦਤਾਂ ਤੋਂ ਮਤਲਬ ਹੈ ਵੀ ਟਰੈਕਟਰ 'ਚ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਫਿਊਲ ਕੰਬਸ਼ਨ ਵਾਲੀ 'ਚ ਕਲੀਅਰ ਕੀਤਾ ਸੀ ਵੀ ਜਿੰਨੇ ਦੀ ਇਹ ਟਰੈਕਟਰ ਕਮਾਂਡ ਚੱਕਦਾ ਰੇਸ ਦੀ, ਜਿਵੇਂ 1200 ਚੱਕਰ ਦੀ ਚੱਕਦਾ, 1500 ਚੱਕਰ ਦੀ ਚੱਕਦਾ, ਤਾਂ ਉਹਨੇ ਚੱਕਰਾਂ ਦੀ ਹੀ ਤੁਸੀਂ ਕਮਾਂਡ ਦਿਓ। ਅਗਰ ਤੁਸੀਂ ਜ਼ਿਆਦਾ ਕਮਾਂਡ ਦਿਓਗੇ ਤਾਂ ਤੁਹਾਡਾ ਟਰੈਕਟਰ ਫਾਇਰਿੰਗ ਆਰਡਰ ਜ਼ਿਆਦਾ ਹੋ ਜੂਗਾ, ਉਸ ਹਿਸਾਬ ਨਾਲ ਤੁਹਾਡਾ ਜਿਹੜਾ ਟਰੈਕਟਰ ਹੈ ਉਹ ਤੇਲ ਜ਼ਿਆਦਾ ਪੀਊਗਾ, ਅਤੇ ਤੁਸੀਂ ਕਹੋਗੇ ਵੀ ਜਿਹੜਾ ਜੌਨਡੀਅਰ 5310 ਹੈ ਤੇਲ ਜ਼ਿਆਦਾ ਪੀ ਰਿਹਾ, ਤਾਂ ਥੋੜ੍ਹੀਆਂ ਜਿਹੀਆਂ ਆਪਾਂ ਨੂੰ ਆਪਣੇ ਆਦਤਾਂ 'ਚ ਚੇਂਜ ਕਰਨਾ ਪਊਗਾ, ਠੀਕ ਹੈ। ਔਰ ਜਿਹੜੇ ਵੀਰ ਮੈਂ ਕਿਹਾ ਸੀ ਵੀ ਕਿੰਨਾ DI ਟਰੈਕਟਰ ਕਿੰਨਾ ਵੀਰਾਂ ਵਾਸਤੇ ਆ, ਹੁਣ ਜਿਹੜੇ ਵੀਰ ਆਪਦੀਆਂ ਆਦਤਾਂ 'ਚ ਚੇਂਜ ਨਹੀਂ ਕਰ ਸਕਦੇ, ਠੀਕ ਹੈ, ਉਹਨਾਂ ਵੀਰਾਂ ਵਾਸਤੇ ਹੈਗਾ ਜਿਹੜਾ DI ਟਰੈਕਟਰ ਹੈ, ਸਿੰਪਲ ਇੰਜਨ ਹੈ। ਔਰ ਇਹ ਟੋਪਿਕ 'ਤੇ ਆਪਣੀ ਵੀਡੀਓ ਜਲਦ ਆਉਣ ਵਾਲੀ ਹੈ। ਜਿਵੇਂ ਆਪਾਂ ਹਰ ਇੱਕ ਟਰੈਕਟਰ ਦੀ ਵੀਡੀਓ ਬਣਾਉਣੇ ਆ, ਮੇਸੀ ਦੀ ਬਣਾਉਣੇ ਆ, ਜੌਨਡੀਅਰ ਦੀ ਬਣਾਉਣੇ ਆ, ਸਵਰਾਜ ਦੀ ਬਣਾਉਣੇ ਆ, ਉਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਵੀ 50 HP ਦਾ ਟਰੈਕਟਰ ਹੈ, 60 HP ਦੇ ਕੰਮ ਤੁਹਾਨੂੰ ਕਰਕੇ ਦੇਊਗਾ। ਇਹ ਜਿਹੜੀ ਗੱਲ ਹੈ ਇਹ ਰੱਟੀ ਰਟਾਈ ਗੱਲ ਨਹੀਂ ਹੈ ਵੀਰੋ, ਇਹ ਜਿਹੜੀ ਗੱਲ ਹੈ ਇਹ ਤੱਥਾਂ ਦੇ ਆਧਾਰ 'ਤੇ ਗੱਲ ਹੈ। ਇਹ ਮੈਂ ਹਰ ਇੱਕ ਵੀਡੀਓ 'ਚ ਤਾਂ ਬੋਲ ਦਿੰਦਾ ਕਿਉਂਕਿ ਮੈਂ ਇਹਦਾ ਸਪੈਸ਼ਲ ਵਲੋਗ ਬਣਾਊਂਗਾ, ਕਿਉਂਕਿ ਜਿਹੜੀ ਵੈਲਫੇਅਰ ਸੁਸਾਇਟੀ ਹੈ ਕਿਸਾਨਾਂ ਦੇ ਹੱਕ ਦੀ, ਬੁਧਨੀ ਤੋਂ ਜਿਹੜੀ ਰਿਪੋਰਟ ਪਾਸ ਹੋ ਕੇ ਆਉਂਦੀ ਹੈ ਅਤੇ ਬੁਧਨੀ ਤੋਂ ਜਿਹੜੀਆਂ ਗਾਈਡਲਾਈਨਸ ਟਰੈਕਟਰ ਕੰਪਨੀਜ਼ ਨੂੰ ਮਿਲਦੀਆਂ, ਜੌਨਡੀਅਰ ਹੋ ਗਿਆ ਜਾਂ ਕੋਈ ਆਪਣਾ ਮੇਸੀ ਹੋ ਗਿਆ, ਉਹਦੇ ਵਿੱਚ ਕੀ ਸੁਧਾਰ ਕਰਨੇ ਚਾਹੀਦੇ ਆ, ਤਾਂ ਟਰੈਕਟਰ ਕੰਪਨੀਆਂ ਹੁਣ ਤੱਕ DI ਟਰੈਕਟਰਾਂ ਨੂੰ ਕਿਵੇਂ ਪਾਸ ਕਰਵਾ ਲੈਂਦੀਆਂ ਸੀ ਜ਼ਿਆਦਾ HP 'ਚ, ਉਹਦੇ 'ਚੋਂ ਇਹ ਤੁਹਾਨੂੰ ਪੂਰਾ ਦਾ ਪੂਰਾ ਵਲੋਗ ਹੋਊਗਾ ਆਪਣਾ। ਔਰ ਅੱਜ ਦਾ ਜਿਹੜਾ ਵਲੋਗ ਆ, ਉਮੀਦ ਕਰਦਾ ਇਹਦੇ ਤੋਂ ਤੁਸੀਂ ਗੌਰ ਵੀ ਕਰੋਗੇ ਔਰ ਇਹ ਤੁਸੀਂ ਅੱਗੇ ਯਾਰਾਂ ਦੋਸਤਾਂ ਨਾਲ ਸ਼ੇਅਰ ਵੀ ਕਰੋਗੇ। ਦੇਖੋ ਚੰਗਾ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ, ਵੈਸੇ ਮੈਂ ਕਦੇ ਨਹੀਂ ਕਹਿੰਦਾ ਹੁੰਦਾ ਵੀਡੀਓ 'ਚ ਵੀ ਸ਼ੇਅਰ ਕਰਿਓ ਮੇਰੀ ਵੀਡੀਓ, ਪਰ CRDI ਟੈਕਨੋਲੋਜੀ ਦਾ ਜਿਸ ਕਿਸੇ ਮੇਰੇ ਵੀਰ ਨੇ ਟਰੈਕਟਰ ਲੈਣਾ ਉਹਦੇ ਕੋਲ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਵੀ CRDI ਟੈਕਨੋਲੋਜੀ ਦੇ ਵਿੱਚ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ, ਠੀਕ ਹੈ, ਜਿਵੇਂ ਏਅਰ ਫਿਲਟਰ ਦਾ ਹੋ ਗਿਆ, ਤੇਲ ਹੋ ਗਿਆ,
ਪਿਓਰ ਤੇਲ ਪਾਉਣਾ ਹੈਗਾ ਪੰਪ ਤੋਂ ਲੈ ਕੇ, ਕੋਈ ਢੋਲ ਵਾਲਾ ਤੇਲ ਨਹੀਂ ਇਸਤੇਮਾਲ ਕਰਨਾ। ਲੋ ਹੈਲਥ ਵਾਲੀ ਬੈਟਰੀ ਨਹੀਂ ਰੱਖਣੀ ਇਹਦੇ 'ਚ ਆਪਾਂ, ਔਰ CRDI ਜਿਹੜਾ ਟਰੈਕਟਰ ਹੈ ਉਹ ਟਰੈਕਟਰ ਦੇ ਵਿੱਚ ਜਿਵੇਂ ਮਿੱਥ ਫੈਲੇ ਹੋਏ ਆ ਵੀ ਆਪਾਂ ਐਂਪ ਨਹੀਂ ਲਵਾਉਣਾ, ਬੂਫਰ ਨਹੀਂ ਲਵਾਉਣਾ, ਤਾਂ ਇਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਿਆ ਵੀ ਸਾਰਾ ਕੁਝ ਲਵਾ ਸਕਦੇ ਹੋ, ਪਰ ਇਹਦਾ ਜਿਹੜਾ ਕਨੈਕਸ਼ਨ ਆ ਉਹ ਵਿੱਚੋਂ ਤੁਸੀਂ ਕਨੈਕਸ਼ਨ ਨਹੀਂ ਕੱਟਣਾ, ਉਹ ਸਿੱਧਾ ਬੈਟਰੀ ਨਾਲ ਤੁਸੀਂ ਕਨੈਕਸ਼ਨ ਕਰ ਸਕਦੇ ਹੋਗੇ, ਠੀਕ ਹੈ। ਔਰ ਟਰੈਕਟਰ ਦੋਨੇ ਵਧੀਆ, 52-10 ਵੀ ਅਤੇ 53-10 ਵੀ, ਥੋੜ੍ਹਾ ਜਿਹਾ ਰੇਟ ਦਾ ਜ਼ਰੂਰ ਫਰਕ ਹੈ ਕਿਉਂਕਿ ਉਹ ਸਰਕਾਰ ਨੇ ਇਸ ਹਿਸਾਬ ਨਾਲ ਬਣਾਇਆ ਵੀ ਮੰਨ ਕੇ ਚੱਲੋ ਵੀ ਉਹ ਕਾਲਾ ਧੂੰਆਂ ਨਹੀਂ ਮਾਰਦਾ, ਠੀਕ ਹੈ। ਇਹਦੇ ਉੱਤੇ ਆਪਣੀ ਵੀਡੀਓ ਬਣੀ ਵੀ ਪਈ ਆ, ਆਪਾਂ ਤੁਹਾਨੂੰ ਪਹਿਲੇ ਵਲੋਗਾਂ 'ਚ ਕਲੀਅਰ ਵੀ ਕਰਤਾ ਵੀ CRDI ਹੈ ਜਿਹੜਾ ਇਹ ਕੱਚਾ ਧੂੰਆਂ ਬਾਹਰ ਸਲੰਸਰ ਥਣੀ ਨਹੀਂ ਕੱਢਦਾ, ਠੀਕ ਹੈ। DI ਦੇ ਵਿੱਚ ਤੁਹਾਨੂੰ ਧੂੰਆਂ ਦੇਖਣ ਨੂੰ ਮਿਲ ਜੂਗਾ, ਠੀਕ ਹੈ। ਔਰ ਮਤਲਬ ਕਿ ਅੱਜ ਦਾ ਜਿਹੜਾ ਵਲੋਗ ਹੈ ਉਮੀਦ ਕਰਦਾ ਵੀ ਤੁਹਾਨੂੰ ਪਸੰਦ ਆਇਆ ਹੋਊਗਾ, ਜੇ ਪਸੰਦ ਆਇਆ ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਬਹੁਤ ਮਿਹਨਤ ਲੱਗਦੀ ਹੈ। ਔਰ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਓ ਬਾਈ, ਇਸ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ। ਤਾਂ ਅੱਜ ਦਾ ਜਿਹੜਾ ਵਲੋਗ ਸੀ ਇਹ ਸੀ ਆਪਣਾ CRDI ਟਰੈਕਟਰ ਕਿਵੇਂ ਤੁਸੀਂ ਚਲਾਉਣਾ, ਕਿਹੜੀਆਂ ਕਿਹੜੀਆਂ ਆਦਤਾਂ ਤੁਸੀਂ ਚੇਂਜ ਕਰਨੀਆਂ, ਔਰ ਕਿਹੜੀਆਂ ਆਦਤਾਂ ਜਿਹੜੀਆਂ DI ਟਰੈਕਟਰ ਵਾਲੀਆਂ ਪੁਰਾਣੀਆਂ ਕੰਟੀਨਿਊ ਨਹੀਂ ਕਰਨੀਆਂ, ਨਵੀਆਂ ਆਦਤਾਂ ਪਾਓ ਅਗਰ ਜੇ CRDI ਟਰੈਕਟਰ ਲੈਣਾ, ਨਹੀਂ ਤਾਂ ਫਿਰ DI ਟਰੈਕਟਰ ਬੈਸਟ ਹੈ। ਥੈਂਕ ਯੂ ਜੀ ਫੋਰ ਵਾਚਿੰਗ ਮਸ਼ੀਨਰੀ ਮਹਿਕਮਾ, ਜੁੜੇ ਰਹੋ ਮਸ਼ੀਨਰੀ ਮਹਿਕਮਾ ਦੇ ਨਾਲ ਔਰ ਸਬਸਕ੍ਰਾਈਬ ਕਰ ਲਓ।